ਪੰਜਾਬੀ ਯੂਨੀਵਰਸਿਟੀ ਚ ਥਾਂ ਥਾਂ ਕੂੜੇ ਦੇ ਢੇਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਦਾ ਹੋ ਰਿਹਾ ਵਿਰੋਧ ਸਫਾਈ ਮੁਲਾਜ਼ਮਾਂ ਦੀ ਮੰਗ ਬ੍ਰੇਕ ਹੋਵੇ ਰੱਦ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਲੈ ਕੇ ਯੂਨੀਵਰਸਿਟੀ ਦੇ ਅੰਦਰ ਤੱਕ ਲੱਗੇ ਕੂੜੇ ਦੇ ਢੇਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਦਾ ਖਿਲਾਫਾ ਦਾ ਪ੍ਰਤੀਕ ਨੇ ਮਾਮਲਾ ਦਿਹਾੜੀਦਾਰ ਸਫਾਈ ਮੁਲਾਜ਼ਮਾਂ ਨੂੰ ਬ੍ਰੇਕ ਦੇਣ ਦਾ ਹੈ ਜਿਸ ਦਾ ਵਿਰੋਧ ਸਫਾਈ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦੀ ਹੜਤਾਲ ਦਾ ਤਰਕ ਇਹ ਹੈ ਕਿ ਇੱਕ ਤਾਂ ਉਹ ਪਹਿਲਾਂ ਹੀ ਦਿਹਾੜੀਦਾਰ ਨੇ ਦੂਜਾ ਜੇਕਰ ਉਹਨਾਂ ਨੂੰ ਮਹੀਨੇ ਚ 4 ਛੁੱਟੀਆਂ ਦੇ ਦਿੱਤੀਆਂ ਜਾਣਗੀਆਂ ਤਾਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ ਦਰਅਸਲ ਯੂਨੀਵਰਸਿਟੀ ਚ 900 ਮੁਲਾਜ਼ਮ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਨੇ ਜਿਨ੍ਹਾਂ 700 ਮੁਲਾਜ਼ਮ ਨੂੰ 99 ਦਿਨਾਂ ਬਾਅਦ ਇੱਕ ਬ੍ਰੇਕ ਦਿੱਤੀ ਜਾਂਦੀ ਸੀ ਪਰ ਹੁਣ ਯੂਨੀਵਰਸਿਟੀ ਦਾ ਫੈਸਲਾ ਹੈ ਕਿ ਮਹੀਨੇ ਚ ਸਭ ਨੂੰ 4 ਛੁੱਟੀਆਂ ਦਿੱਤੀਆਂ ਜਾਣਗੀਆਂ ਜਿਸ ਦਾ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਦਿਹਾੜੀਦਾਰ ਮੁਲਾਜ਼ਮਾਂ ਸਫਾਈ ਮੁਲਾਜ਼ਮਾਂ ਤੋਂ ਬਿਨਾਂ ਸੁਰੱਖਿਆ ਕਰਮੀ ਵੀ ਹਨ ਜਿਨ੍ਹਾਂ ਦੀ ਮੰਗ ਹੈ ਕਿ ਉਹਨਾਂ ਨੂੰ ਦੇਣ ਵਾਲੀ ਬ੍ਰੇਕ ਰੱਦ ਕੀਤੀ ਜਾਵੇ ਸਾਡੇ ਜਿਹੜੇ ਚੀਫ ਸਿਕਿਉਰਿਟੀ ਆਫੀਸਰ ਨੇ ਪੰਜਾਬੀ ਯੂਨੀਟ ਪਟਿਆਲਾ ਦੇ ਕੈਪਟਨ ਗੁਰਤੇਜ ਸਾਹਿਬ ਨੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਸਾਡੀ ਗੱਲ ਤੁਸੀਂ ਜਿੱਥੇ ਮਰਜ਼ੀ ਰੱਖੋ ਨਹੀਂ ਤਾਂ ਅਸੀਂ ਮੁਕੰਮਲ ਤੌਰ ਜਿਹੜਾ ਕੰਮ ਅਸੀਂ ਆਪਣਾ ਬੰਦ ਕਰ ਦਾਂਗੇ ਔਰ ਉਹਨਾਂ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਸੀਗਾ ਜੀ ਸ਼ਨੀਵਾਰ ਦਾ ਵੀ ਸ਼ਨੀਵਾਰ ਨੂੰ ਮੇਰੀ ਵਾਈਸ ਚਾਂਸਲਰ ਮੈਡਮ ਦੇ ਨਾਲ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ ਉੱਥੇ ਸਾਨੂੰ ਬੁਲਾਇਆ ਗਿਆ ਜੀ ਸਾਡੇ ਕੈਪਟਨ ਸਾਹਿਬ ਉੱਥੇ ਜਾ ਕੇ ਆਏ ਨੇ ਪਲੱਸ ਜਦੋਂ ਉੱਥੇ ਜਾ ਕੇ ਆਏ ਨੇ ਔਰ ਉਹਨਾਂ ਨੇ ਸਾਨੂੰ ਅੱਗ ਦੱਸਿਆ ਜੀ ਜਿਹੜਾ ਕੈਪਟਨ ਸਾਹਿਬ ਆਪਣੇ ਨੁਮਾਇੰਦੇ ਭੇਜੇ ਸੀ ਇੱਥੇ ਉਹਨਾਂ ਵੱਲੋਂ ਦੱਸਿਆ ਵੀ ਜਿਹੜੀ ਸਾਡੀ ਜੋ ਮੰਗ ਸੀ ਜੋ ਡਿਮਾਂਡ ਸੀ ਜੀ ਉਸ ਵੀਸੀ ਸਾਹਿਬ ਦੇ ਵੱਲੋਂ ਅਣਗੋਲਾ ਕਰ ਦਿੱਤਾ ਗਿਆ ਕਿਸੇ ਪ੍ਰਕਾਰ ਜਿਹੜੀ ਸੁਣਵਾਈ ਉਹ ਨਹੀਂ ਕੀਤੀ ਗਈ ਉਹਦੇ ਵਿਰੋਧ ਦੇ ਵਿੱਚ ਪੰਜਾਬੀ ਟੀ ਪਟਿਆਲਾ ਦਾ ਸੁਰੱਖਿਆ ਟਾਪ ਵੱਲੋਂ ਤਾਂ ਧਰਨਾ ਚੱਲ ਹੀ ਰਿਹਾ ਸੀਗਾ ਅਸੀਂ ਗੇਟ ਨੂੰ ਕਵਰ ਕੀਤਾ ਸੀ ਪਰ ਜਿਹੜੇ ਸਫਾਈ ਸੇਵਕ ਨੇ ਉਹਨਾਂ ਨੇ ਵੀ ਥਾਂ ਥਾਂ 'ਤੇ ਕੂੜਾ ਕਰਕਟ ਖਿਲਾਰ ਕੇ ਆਪਣਾ ਰੋਜ਼ ਮਜ਼ਾਰ ਉਹ ਕੀਤਾ ਜੀ ਅਤੇ ਉਦੋਂ ਤੱਕ ਚੱਲਦਾ ਰਹਿਣਾ ਜਦੋਂ ਤੱਕ ਪ੍ਰਸ਼ਾਸਨ ਇਹਨਾਂ ਮੁਲਾਜ਼ਮਾਂ ਦੀ ਬ੍ਰੇਕ ਨੂੰ ਬੰਦ ਨਹੀਂ ਕਰ ਦਿੱਤਾ ਜਾਂਦਾ ਅਸੀਂ ਸਟੂਡੈਂਟਾਂ ਵੱਲੋਂ ਇਹਨਾਂ ਦਾ ਸਿਕਿਉਰਿਟੀ ਜਿਹੜੇ ਸਾਡੇ ਵੀਰ ਨੇ ਮੁਲਾਜ਼ਮ ਨੇ ਸਫਾਈ ਸੇਵਕ ਨੇ ਜਿਹੜਾ ਸਾਂਝਾ ਮੋਰਚਾ ਇਹਨਾਂ ਦਾ ਸਮਰਥਨ ਕਰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀਆਂ ਜੋ ਵੀ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਦੇਖੋ 4 ਐਤਵਾਰ ਕੱਟੇ ਜਾਣਗੇ ਮਹੀਨੇ ਦੇ 4 ਜੇ ਇਹਨਾਂ ਦੀ ਆਫ ਹੋ ਗਈ ਤਾਂ ਇਹਨਾਂ ਦੇ ਵਿੱਚ ਪਿੱਛੇ ਪਰਿਵਾਰ ਵੀ ਪਾਲਣੇ ਨੇ ਇਹਦੇ ਨਾਲ ਇਹਨਾਂ ਦੇ ਜਿਹੜਾ ਆਰਥਿਕ ਵਸੀਲੇ ਨੇ ਖਤਮ ਹੋ ਜਾਣਗੇ ਸੋ ਅਸੀਂ ਸਾਰੇ ਸਟੂਡੈਂਟ ਵੱਖ ਵੱਖ ਜਥੇਬੰਦੀਆਂ ਤੋਂ ਇਕੱਠੇ ਹੋਇਆਂਗੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੋ ਜੋ ਵੀ ਇਹਨਾਂ ਦਾ ਹੱਕ ਆ ਉਹਦੇ ਲਈ ਪੂਰਾ ਸੰਘਰਸ਼ ਕਰਾਂਗੇ